ਤਾਂ ਮਾਰ ਮਾਰ ਰੋਂਦਾ ਉਹ ਪਰਿਵਾਰ ਹੈ ਜਿਨ੍ਹਾਂ ਦੇ ਜਵਾਨ ਫੌਜੀ ਪੁੱਤ ਨੇ ਸ਼ਹਾਦਤ ਦਾ ਜਾਮ ਪੀ ਲਿਆ ਤੇ ਹੁਣ ਉਸਦੀ ਮ੍ਰਿਤਕ ਦੇ ਉਸਦੇ ਪਿੰਡ ਉਸਦੇ ਘਰ ਪਹੁੰਚੀ ਹੈ, ਜਿਸ ਨੂੰ ਦੇਖ ਕੇ ਪਰਿਵਾਰ ਤੋਂ ਇਹ ਦੁੱਖ ਸਹਿ ਨਹੀਂ ਹੋ ਰਿਹਾ। ਪਰਿਵਾਰ ਰੋ ਰੋ ਬੇਹਾਲ ਹੋ ਗਿਆ ਹੈ। ਤਸਵੀਰਾਂ ਡੇਰਾ ਬਾਬਾ ਨਾਨਕ ਦੇ ਪਿੰਡ ਉਦੋਂ ਵਾਲੀ ਖੁਰਦ ਦੀਆਂ ਨੇ, ਜਿੱਥੇ BSF ਦੇ ਜਵਾਨ ਦੀ ਬੰਗਾਲ ਦੇ ਵਿੱਚ ਡਿਊਟੀ ਲੱਗੀ ਹੋਈ ਸੀ। ਫੌਜੀ ਜਵਾਨ ਬਲਜਿੰਦਰ ਸਿੰਘ, ਜਿਸਦੀ ਉਮਰ 47 ਸਾਲ ਸੀ, ਬੰਗਾਲ 'ਚ ਆਪਣੀ ਡਿਊਟੀ ਕਰ ਰਿਹਾ ਸੀ ਤਾਂ ਅਚਾਨਕ ਉਸਦੀ ਤਬੀਅਤ ਖਰਾਬ ਹੋ ਗਈ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਇਸ ਫੌਜੀ ਜਵਾਨ ਨੇ ਦਮ ਤੋੜ ਦਿੱਤਾ। ਹੁਣ ਜਦੋਂ ਪਿੰਡ ਦੇ ਵਿੱਚ ਇਸ ਫੌਜੀ ਜਵਾਨ ਦੀ ਮ੍ਰਿਤਕ ਦੇਹ ਪਹੁੰਚੀ ਹੈ ਤਾਂ ਪੂਰਾ ਪਿੰਡ ਹੀ ਸੋਗ 'ਚ ਡੁੱਬਿਆ ਹੋਇਆ ਹੈ। ਪਰਿਵਾਰ ਦੀਆਂ ਵੀ ਆਪਣੇ ਪੁੱਤ ਦੀ ਮ੍ਰਿਤਕ ਦੇਖ ਕੇ ਤਾਹਾਂ ਨਿਕਲ ਗਈਆਂ। ਉਹਨਾਂ ਤੋਂ ਇਹ ਦੁੱਖ ਸਹਾਰ ਨਹੀਂ ਹੋ ਰਿਹਾ। ਇਹ ਫੌਜੀ ਜਵਾਨ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ ਪਿਤਾ, ਪਤਨੀ ਤੇ ਦੋ ਬੱਚੇ ਛੱਡ ਗਿਆ, ਜਿਨ੍ਹਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਨਮ ਅੱਖਾਂ ਦੇ ਨਾਲ ਇਸ ਫੌਜੀ ਜਵਾਨ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। ਫੌਜ ਦੀ ਟੁਕੜੀ ਵੱਲੋਂ ਵੀ ਫੌਜੀ ਜਵਾਨ ਨੂੰ ਸਲਾਮੀ ਦਿੱਤੀ ਗਈ ਤੇ ਉਧਰ ਪਰਿਵਾਰ ਦੇ ਵੱਲੋਂ ਵੀ ਰੋਂਦੀਆਂ ਅੱਖਾਂ ਦੇ ਨਾਲ ਆਪਣੇ ਪੁੱਤ ਦਾ ਆਖਰੀ ਵਾਰ ਚਿਹਰਾ ਦੇਖ ਕੇ ਉਸਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। ਇਹ ਮੇਰਾ ਲੜਕਾ ਬਲਜਿੰਦਰ ਸਿੰਘ ਸੀ, ਇਹ BSF ਸਰਵਿਸ ਕਰਦਾ ਸੀ। ਇਹਦੀ ਵੈਸਟ ਬੰਗਾਲ ਡਿਊਟੀ ਸੀ ਔਰ ਉੱਥੇ ਡਿਊਟੀ ਦੇ ਰਹਿਣ ਦਾ ਬੁਖਾਰ ਚੜਨ ਨਾਲ ਅਤੇ ਲੀਵਰ ਡੈੱਡ ਹੋਣ ਨਾਲ ਮੌਤ ਹੋਈ ਆ। ਬਾਕੀ ਇਹਨੂੰ ਸਨਮਾਨ ਦਿੱਤਾ ਗਿਆ, ਸਰਕਾਰੀ ਸਨਮਾਨ BSF ਦਾ ਸੀ, ਉਸ ਵੀ ਧੰਨਵਾਦੀ ਹਾਂ। ਅਤੇ ਸਰ ਪਰਿਵਾਰ ਦੇ ਪਿੱਛੇ ਕੌਣ ਕੌਣ ਇਹਨਾਂ ਦੇ? ਹੁਣ ਪਰਿਵਾਰ ਦੇ ਪਿੱਛੇ ਇਸਕਾ ਮਾਤਾ ਪਿਤਾ ਹੈ, ਭਾਈ ਹੈ, ਬੇਟੇ ਹੈ, ਭਤੀਜੇ ਹੈ। ਤੁਹਾਡੀ ਆਪਣੇ ਬੇਟੇ ਨਾਲ ਲਾਸਟ ਗੱਲ ਜਿਹੜੀ ਕਦੋਂ ਹੋਈ ਸੀ? ਲਾਸਟ 23 ਤਰੀਕ ਰਾਤ ਤਕਰੀਬਨ 9:15 ਕੀ ਫਿਰ ਤੁਹਾਡੇ ਕੀ ਗੱਲਾਂ ਬਾਤਾਂ ਕੀਤੀਆਂ ਉਦੋਂ? ਮੇਰੇ ਨਾਲ ਇੱਕੋ ਗੱਲ, ਮੈਂ ਠੀਕ ਠਾਕ ਹਾਂ, ਕੋਈ ਫਿਕਰ ਨਹੀਂ ਕਰ। ਮੇਰੇ ਬਾਪੂ ਜੀ ਹੈੱਡ ਕੋਂਸਟੇਬਲ ਸੀ ਵੈਸਟ ਬੰਗਾਲ ਰਾਏਗੰਜ, ਉਹਨਾਂ ਦੀ ਡਿਊਟੀ ਸੀ। ਉਹਨਾਂ 20-25 ਸਾਲ ਆਪਣੇ ਦੇਸ਼ ਦੀ ਕੀਤੀ, ਸੁਰੱਖਿਆ ਕੀਤੀ ਹੈ। ਉਹ ਜਦੋਂ ਪੂਰੇ ਹੋਏ ਨੇ ਉਦੋਂ ਵੀ ਉਹ ਨੌਕਰੀ 'ਤੇ ਸੀ। ਉਹਨਾਂ ਨੂੰ ਨੌਕਰੀ ਆਪਣੀ ਬਹੁਤ ਪਿਆਰੀ ਅਤੇ ਮੈਨੂੰ, ਮੈਂ ਜਿੰਨੀ ਛੇਤੀ ਹੋ ਸਕਿਆ ਮੈਂ ਆਇਆ, ਬਾਹਰ ਸੀ ਮੈਂ, ਵਿਦੇਸ਼ ਸੀ ਮੈਂ, ਕੈਨੇਡਾ ਰਹਿੰਦਾ, ਮੈਂ ਹੁਣੇ ਆਇਆ ਅਤੇ ਬਾਪੂ ਜੀ ਨੂੰ ਸਨਮਾਨ ਦੇ ਨਾਲ ਤੋੜਿਆ। ਮੈਂ ਸਾਨੂੰ ਮਾਣ ਹੈ ਆਪਣੇ ਬਾਪੂ ਜੀ। ਤੁਹਾਨੂੰ ਕਾਲ ਕਦੋਂ ਗਈ ਸੀ ਕਿ ਬਾਪੂ ਦੇ ਹੋ ਗਏ? 27 ਤਰੀਕ ਨੂੰ 9:00 9:00 ਮੈਨੂੰ ਪਤਾ ਚੱਲ ਗਿਆ ਸੀ ਬਾਪੂ ਜੀ ਪੂਰੇ ਹੋ ਗਏ, ਪਰ ਕੁਝ ਕਾਰਨਾ ਕਰਕੇ ਮੈਂ ਉਸ ਵੇਲੇ ਆ ਨਹੀਂ ਸਕਿਆ। ਤੁਹਾਡੀ ਲਾਸਟ ਗੱਲ ਫਿਰ ਕੀ ਹੋਈ ਸੀ? ਲਾਸਟ ਗੱਲ ਕਦੋਂ ਹੋਈ ਸੀ, ਕਿੰਨੀ ਤਰੀਕ ਨੂੰ? 10 ਦਿਨ ਪਹਿਲਾਂ ਹੋਈ। ਲਾਸਟ ਗੱਲ ਮੇਰੇ ਬਾਪੂ ਜੀ ਨਾਲ ਹੋਈ ਸੀ ਕੰਮ ਕਰ ਦੇ, ਮੈਨੂੰ ਕਹਿੰਦੇ ਸੀ ਵੀ ਕੰਮ ਕਰ ਸ਼ੇਰਾ, ਧਿਆਨ ਨਾਲ ਆਪਣਾ ਕਰੀ, ਟੌਰ ਨਾ ਜਿਉਣਾ ਜਿੱਦਾਂ ਮੈਂ ਰਿਹਾ, ਬਸ ਇਹ ਗੱਲ ਹੋਈ ਸੀ। ਪਿੰਡ ਉਦੋਵਾਲੀ ਦਾ ਜਿਹੜਾ BSF 'ਚ ਬਲਜਿੰਦਰ ਸਿੰਘ ਨਾਂ ਦਾ ਫੌਜੀ ਜਵਾਨ ਸੀਗਾ, ਉਹਦੀ ਡਿਊਟੀ ਦੌਰਾਨ ਮੌਤ ਹੋ ਗਈ ਆ। ਅੱਜ ਉਹਦੀ ਡੈੱਡ ਬੋਡੀ ਜਿਹੜੀ ਆ ਪਿੰਡ ਪਹੁੰਚੀ ਆ, ਬੜਾ ਸੋਗਮਈ ਮਾਹੌਲ ਹੈ ਸਾਰੇ ਪਿੰਡ 'ਚ। ਕਿਸੇ ਨੌਜਵਾਨ ਦੀ ਇਸ ਤਰ੍ਹਾਂ ਡਿਊਟੀ ਦੌਰਾਨ ਮੌਤ ਹੋਣੀ ਹੈ ਚਨਚੇਤ। ਅੱਜ ਸੰਸਕਾਰ ਦੇ ਵਿੱਚ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਅਤੇ ਮੈਨੂੰ ਉਮੀਦ ਆ ਕਿ ਪਰਿਵਾਰ ਤਾਂ ਜ਼ਰੂਰ ਜਦੋਂ ਭੈਣ ਭਰਾ ਇਕੱਠੇ ਹੋ ਕੇ ਦੁੱਖ ਸਾਂਝਾ ਕਰਦੇ ਨੇ ਤਾਂ ਦੁੱਖ ਜ਼ਰੂਰ ਵੰਡਾਇਆ ਜਾਂਦਾ, ਇਸ ਕਰਕੇ ਮੈਂ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਦੇ ਮੌਕੇ 'ਤੇ ਆਇਆ।